5 ਕੁ ਮਿੰਟ ਦੇ ਸੀਮਤ ਜੇ ਸਮੇਂ ਦੇ ਅੰਦਰ ਗੁਰੂ ਜਸ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਆਪਾਂ ਭਾਰਤ ਦੇਸ਼ ਵਿੱਚ ਯਮੁਨਾਨਗਰ ਵਿਖੇ ਬ੍ਰਹਮ ਗਿਆਨੀ ਪੰਡਿਤ ਨਿਸ਼ਚਲ ਸਿੰਘ ਜੀ ਮਹਾਰਾਜ ਜੀ ਦੇ ਉਸ ਤਪ ਦਾ ਫਲ, ਉਸ ਅਰਸ਼ੀ ਪ੍ਰੀਤਮ ਦੀ ਗੋਦ ਵਿੱਚ ਬੈਠੇ ਹਾਂ। ਅਸੀਂ ਹੋਲੀ ਦਾ ਪਰਵ ਮਨਾ ਰਹੇ ਹਾਂ। ਇਸ ਵਿੱਚ ਮਨ ਦੇ ਉੱਤੇ ਸੱਚ ਦਾ ਰੰਗ ਚੜਾਉਣ ਬਾਰੇ ਆਪਾਂ ਗੁਣੀ ਜਨਾਂ ਕੋਲੋਂ ਕਥਾ ਵਿਚਾਰਾਂ ਅਤੇ ਕੀਰਤਨ ਸ਼ਰਵਣ ਕੀਤਾ। ਸ੍ਰੀ ਰਾਗ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨ ਦੀ ਅਵਸਥਾ ਨੂੰ ਉਲੀਕਿਆ ਹੈ। ਇੱਕ ਮਨ ਅਗਿਆਨੀ ਹੈ ਅਤੇ ਇੱਕ ਮਨ ਗਿਆਨੀ, ਬੈਰਾਗੀ ਅਤੇ ਜੋਗੀ ਬਣ ਜਾਂਦਾ ਹੈ। ਅਗਿਆਨੀ ਮਨ ਦੀ ਅਵਸਥਾ ਬਾਰੇ ਦੱਸਿਆ ਹੈ ਕਿ ਜਿਸ ਤਰ੍ਹਾਂ ਅਸੀਂ ਕੱਪੜਾ ਪਹਿਲੇ ਧੋਂਦੇ ਹਾਂ, ਸਾਫ਼ ਕਰਦੇ ਹਾਂ, ਫਿਰ ਉਸ ਦੇ ਉੱਤੇ ਰੰਗ ਚੜਾਉਂਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਜੀਵ ਆਤਮਾ ਦੀ ਉਸ ਚੰਚਲਤਾ ਦੀ ਅਤੇ ਵਿਕਸ਼ੇਪ ਦੋਸ਼ ਦੀ ਉਸ ਅਵਸਥਾ ਨੂੰ ਉਲੀਕਿਆ ਹੈ ਸ੍ਰੀ ਰਾਗ ਦੇ ਅੰਦਰ, ਜੋ ਪਾਵਨ ਅੰਕ 15 ਤੇ ਸੁਸ਼ੋਭਿਤ ਹੈ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁੱਖ ਸੁਧੀ, ਅਗਨ ਕ੍ਰੋਧ ਚੰਡਾਲ, ਪਰ ਨਿੰਦਾ। ਇਸ ਸਮੇਂ ਮੈਂ ਇਸ ਵਿਸ਼ੇ ਨੂੰ ਕੁਛ ਸੰਖੇਪ ਵਿੱਚ ਦੱਸਣਾ ਚਾਹੁੰਦੀ ਹਾਂ ਕਿ ਲੱਭ ਕੀ ਹੈ। ਲੱਲਾ ਬੱਬੇ ਨੂੰ ਔਂਕੜ, ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ। ਸਾਡੇ ਕੋਲ ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ ਨੇ, ਸੂਖਸ਼ਮ ਸਰੀਰ ਦਾ ਹਿੱਸਾ ਨੇ। ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ ਦੇ ਹਿੱਸੇ ਵਿੱਚ ਆਈ ਜੋ ਰਸਨ ਇੰਦਰੀ ਹੈ, ਇੱਥੇ ਦੋ ਇੰਦਰੀਆਂ ਨੇ। ਇੱਕ ਰਸਨ ਇੰਦਰੀ ਹੈ ਜਿਹੜੀ ਉਹ ਗਿਆਨ ਇੰਦਰੀ ਹੈ, ਜਿਹੜੀ ਇੱਥੇ ਬੋਲਣ ਦੀ ਇੰਦਰੀ ਉਸਨੂੰ ਵਾਕ ਇੰਦਰੀ ਅਤੇ ਕਰਮ ਇੰਦਰੀ ਕਹਿੰਦੇ ਨੇ। ਰਸਨ ਇੰਦਰੀ ਦੇ ਅਸੀਂ ਬਹੁਤ ਗੁਲਾਮ ਹਾਂ। ਇਹ ਵਿੱਦਿਆ ਜੋ ਹੈ ਬ੍ਰਹਮ ਵਿੱਦਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਇਹ ਸਵ ਸੰਵੇਦਕ ਹੈ। ਸਵ ਮੈਨੇ ਆਪਣਾ, ਸੰਵੇਦਕ ਦਾ ਅਰਥ ਹੈ ਵਿਧ ਧਾਤੂ, ਸੋ ਵੇਦ ਸ਼ਬਦ ਬਣਿਆ ਹੈ। ਸਵ ਸੰਵੇਦਕ ਦਾ ਮਤਲਬ ਇਹ ਸਾਨੂੰ ਆਪਣੇ ਆਪ ਨੂੰ ਪਤਾ ਲੱਗਣਾ ਹੈ। ਬਾਹਰੋਂ ਕੋਈ ਸਾਡਾ ਨਿਰੀਕਸ਼ਣ ਨਹੀਂ ਕਰ ਸਕਦਾ ਕਿ ਅਸੀਂ ਕਿੱਥੇ ਬੈਠੇ ਹਾਂ। ਇਸ ਲਈ ਲੱਭ ਕੁੱਤਾ ਦਾ ਅਰਥ ਇਹ ਹੈ ਕਿ ਸਾਡੇ ਅੰਦਰ ਇੱਕ ਕੁੱਤਾ ਵੀ ਬਿਰਾਜਮਾਨ ਹੈ। ਭਾਵ ਹਰ ਵੇਲੇ ਸਾਡੇ ਅੰਦਰ ਰਸਨ ਇੰਦਰੀ ਦੁਆਰਾ ਕੁਛ ਨਾ ਕੁਛ ਖਾਣ ਦੇ ਸੰਸਕਾਰ ਬਣਦੇ ਰਹਿੰਦੇ ਨੇ। ਇੱਕ ਖਿਆਲ ਹੁੰਦੇ ਨੇ, ਇੱਕ ਸੰਸਕਾਰ ਹੁੰਦੇ ਨੇ। ਤੋ ਖਿਆਲਾਂ ਨੂੰ ਹੀ ਨਹੀਂ ਸਾਡੇ ਕੋਲੋਂ ਰੋਕਿਆ ਜਾਂਦਾ। ਜਿਸ ਵੇਲੇ ਅਸੀਂ ਸਿਮਰਨ ਕਰਦੇ ਹਾਂ, ਸਾਡਾ ਮਨ ਚੰਚਲਤਾ ਅਤੇ ਵਿਕਸ਼ੇਪਤਾ ਦੇ ਵਿੱਚ ਹੀ ਰਹਿੰਦਾ। ਗੁਰੂ ਸਾਹਿਬ ਨੇ ਦੱਸਿਆ ਕਿ ਪਹਿਲੇ ਤੂੰ ਇਸਨੂੰ ਨਿਰੀਕਸ਼ਣ ਕਰਕੇ ਦੇਖ। ਇਕਸ਼ਣ ਮੈਨੇ ਦੇਖਣਾ। ਤੋ ਮਨ ਦੀ ਸਥਿਰਤਾ ਦਾ ਦੋਸ਼, ਮਨ ਦੀ ਸਥਿਰਤਾ ਦਾ ਗੁਣ, ਮਨ ਦੀ ਸਾਵਧਾਨਤਾ ਦਾ ਗੁਣ, ਮਨ ਦੀ ਇਕਾਗਰਤਾ ਦਾ ਗੁਣ ਅਸੀਂ ਗਵਾਈ ਜਾ ਰਹੇ ਹਾਂ। ਤੋ ਤਿੰਨ ਚੀਜ਼ਾਂ ਪ੍ਰਥਮ ਪੰਕਤੀ ਵਿੱਚ ਦੱਸੀਆਂ ਨੇ। ਲੱਭ ਕੁੱਤਾ ਕਿਹੜਾ ਕੁੱਤਾ ਹੈ? ਹਰ ਵੇਲੇ ਰਸਨ ਇੰਦਰੀ ਦੇ ਗੁਲਾਮ ਬਣੇ ਰਹਿਣਾ। ਦੂਸਰਾ ਪਰ ਲੱਭ ਕੁੱਤਾ ਕੂੜ ਚੂੜਾ, ਚੂੜਾ ਨੀਵੀਂ ਜਾਤ ਨੂੰ ਕਿਹਾ ਜਾਂਦਾ ਹੈ। ਇਸਨੂੰ ਅਧਿਆਤਮਕ ਦ੍ਰਿਸ਼ਟੀ ਨਾਲ ਦੇਖਣਾ ਕਿ ਸਾਡਾ ਮਨ ਹੀ ਚੂੜ ਬਿਰਤੀ ਵਿੱਚ ਆ ਜਾਂਦਾ ਹੈ, ਭਾਵ ਸ਼ੁੱਧਰ ਬਿਰਤੀ ਵਿੱਚ ਆ ਜਾਂਦਾ ਜਿਸ ਵੇਲੇ ਅਸੀਂ ਕੂੜ ਦਾ ਸੰਗ ਕਰਦੇ ਹਾਂ। ਕੂੜ ਦਾ ਸੰਗ ਦਾ ਮਤਲਬ ਝੂਠ ਦਾ ਸੰਗ ਕਰਦੇ ਹਾਂ। ਜਿਸ ਤਰ੍ਹਾਂ ਇਹ ਕੱਪੜਾ ਹੈ, ਇਸ ਦੇ ਉੱਤੇ ਅਸੀਂ ਇੱਕ ਰੰਗ ਦਾ ਸੰਗ ਕਰ ਦਿੱਤਾ। ਗੀਤਾ ਵਿੱਚ ਇਸ ਨੂੰ ਕਿਹਾ ਹੈ, ਧਿਆਏ ਤੋਂ ਵਿਸ਼ਿਆਨ ਪੁੰਸਾ ਸੰਗਸ ਤੇ ਛੁਪ ਜਾਏ ਅਤੇ ਸੰਗਾਤ ਸੰਜਾਏ ਅਤੇ ਕਾਮਾ ਕਾਮਾਤ ਕ੍ਰੋਧੋ ਅਭੀ ਜਾਏ ਅਤੇ। ਮਨ ਦੀਆਂ ਅਵਸਥਾ ਨੂੰ ਉਹਨਾਂ ਨੇ 8 ਦਿਸ਼ਾ ਦੇ ਵਿੱਚ ਉਲੀਕਿਆ, 8 ਤਰ੍ਹਾਂ ਦੀ। ਤੋ ਪਹਿਲਾਂ ਕਿਹਾ ਧਿਆਏ ਤੋਂ ਵਿਸ਼ਿਆਨ ਪੁੰਸਾ, ਸਾਡਾ ਧਿਆਨ। ਗੁਰੂ ਸਾਹਿਬ ਜੀ ਨੇ ਵੀ ਕਿਹਾ ਗੁਰ ਕੀ ਮੂਰਤ ਮਨ ਮੈਂ ਧਿਆਨ। ਤੋ ਇੱਕ ਧਿਆਨ ਹੈ ਉਸ ਚੇਤਨ ਦਾ। ਗੁਰੂ ਦਾ ਅਰਥ ਹੁੰਦਾ ਚੇਤਨ, ਗੁਰੂ ਦਾ ਅਰਥ ਹੁੰਦਾ ਗਿਆਨ, ਗੁਰੂ ਦਾ ਅਰਥ ਹੁੰਦਾ ਵੱਡਾ। ਤੋ ਅਸੀਂ ਦੇਹ ਦੀ ਸੀਮਾ ਵਿੱਚ ਆ ਕੇ ਛੋਟੇ ਹੀ ਬਣੇ ਬੈਠੇ ਹਾਂ। ਆਪਣੇ ਆਪ ਨੂੰ ਛੋਟਾ ਹੀ ਕਰੀ ਜਾ ਰਹੇ ਹਾਂ, ਛੋਟਾ ਹੀ ਕਰੀ ਜਾ ਰਹੇ ਹਾਂ। ਛੋਟਾ ਤਾਂ ਘਰ ਵੀ ਨਹੀਂ ਚੰਗਾ, ਤੰਗ ਤਾਂ ਕੱਪੜਾ ਵੀ ਨਹੀਂ ਚੰਗਾ, ਤੰਗ ਮਨ ਦੇ ਵਿਚਾਰ ਵੀ ਨਹੀਂ ਚੰਗੇ। ਜੇ ਦਿਲ ਦੀਆਂ ਨਾੜਾਂ ਹੀ ਤੰਗ ਹੋ ਜਾਣ, ਬਲੋਕੇਜ ਹੋ ਜਾਏ ਤਾਂ ਰੋਗ ਲੱਗ ਜਾਣਾ ਹੈ, ਤੰਗ ਹੋ ਜਾਣਗੀਆਂ ਤਾਂ ਬਲੱਡ ਪ੍ਰੈਸ਼ਰ ਹੋ ਜਾਣਾ ਹੈ ਨਾ। ਇਸੇ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇੱਕ ਦੇਹ ਦੀ ਸੀਮਾ ਤੋਂ ਪਰੇ ਅਸੀਮ ਨਾਲ ਜੋੜਦੇ ਨੇ।
तो असी आज ये अपने आप नू निरीक्षण करन दा एक प्रसाद लेके जाइए जिथे कीर्तन प्रसाद लेंदे हाँ लंगर प्रसाद लेंदे हाँ तो ये भी जाके मनन निध्यासन आपां सारिया ने करना है कि मेरा मन किन्नी देर रसन इंद्री दे गुलाम रहिंदा है किन्नी देर उसके ख्यालों च रहिंदा है किन्ना समा उसनू बनाण खाण विच लेंदा है और दूसरा कूड़ चूड़ा लभ कुत्ता कूड़ चूड़ा ठग खादा मोरोदार कितने मरी हुई वस्तु पई होवे तो नगरी विच भी बीमारी फैल जाती है तो मोरोदार दा अर्थ है मरी हुई वस्तु तो असी कूड़ मैंने झूठ बोलते हैं कूड़ चूहड़ा ठग खादा मोरोदार दूजे ठगी करी जानी अगर सारिया मन दी अवस्था कि असी दूसरों की उस्तत अपनी उस्तत तो दूजे की निंदा सुन के खुश होंगे ये सारा कुछ असी देखना कि असी कित्थे बैठे हाँ जे असी यमुनानगर च बैठे हाँ तो सानू असी फ्लाइट पर जाना अमेरिका कैनेडा तो वी हैव टू लीव द प्लेटफॉर्म असी कित्थे बैठे हाँ वो प्लेटफॉर्म को छड़ना पैना है इस तरह ही ये शरीर के अंदर जो मन है शरीर विच मन नहीं है मन विच शरीर है मन बहुत वड्डा है और जन्म जन्म का आ रहा है इसलिए इस मन को किस तरह चंचलता का दोष है किस तरह विक्षेप का दोष है बाहर भी असी जिस तरह कुत्ता रखते हैं तो तवज्जो मंगता है सवेरे सारी तवज्जो मंगता है इस तरह ही मन को असी ये पहले तीन दोषों तो परे करिए किहड़े किहड़े लभ कुत्ता भी एक तो असी रसन इंद्री के गुलाम नहीं बनना ऐसा नहीं खाना बेईमानी का नहीं खाना जिस दे नाल साडा मन गंदा होवे जित खा दे तन पीड़ी है मन में चले विकार बाबा खाना खुशी खुआर दूसरा कि असी झूठ नहीं बोलना झूठ फिर शरीर नू भी असी मेरा कहंदे आ ये साडा है नहीं तो ये सब तो वड्डा झूठ है ये बड़े सूक्ष्म ब्रह्म विद्या दियां विचारां ने मेरे विद्यादाता संत प्रीतम सिंह जी हरी ਸਾਡੇ ਨਾਲ ਆਇਆ ਕਰਦੇ ਸੀ ਤਾਂ ਮੈਂ ਅੱਜ ਵੀ ਡਾਕਟਰ ਸਤਪ੍ਰੀਤ ਹਰੀ ਜੀ ਨੂੰ ਕਿਹਾ ਵੀ ਆਪਾਂ ਹੋਲੇ ਮਹੱਲੇ ਅਤੇ ਅਨੰਦਪੁਰ ਸਾਹਿਬ ਸਤਿਗੁਰੂ ਲੈ ਗਏ ਨੇ ਤੁਸੀਂ ਚਲੇ ਜਾਓ ਕਹਿੰਦੇ ਆਪਾਂ ਆਪਣੇ ਵਿੱਦਿਆਦਾਤਾ ਦੇ ਨਾਲ ਵਚਨ ਬਣਦਾ ਕਿ ਉਹਨਾਂ ਨੇ ਕਿਹਾ ਸੀ ਕਿ ਇੱਥੇ ਉਹ ਸਾਨੂੰ ਲੈ ਕੇ ਵੀ ਆਉਂਦੇ ਸੀ ਛੋਟੀਆਂ ਛੋਟੀਆਂ ਸੀ ਅਸੀਂ ਤੋ ਬਾਬਾ ਕਰਮਜੀਤ ਸਿੰਘ ਜੀ ਦਾ ਇਹ ਪਿਆਰ ਹੈ ਜੋ ਸ਼ਰਧਾ ਨਾਲ ਖਿੱਚ ਕੇ ਇੱਥੇ ਲੈ ਆਉਂਦਾ ਸਭ ਤੋਂ ਵੱਡਾ ਪਿਆਰ ਤੁਹਾਡੀਆਂ ਸੰਗਤਾਂ ਦਾ ਔਰ ਸਾਡੇ ਸੱਚੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੋ ਉਹਨਾਂ ਦੇ ਕਿਰਪਾ ਨਾਲ ਅਸੀਂ ਆਪਣੇ ਵਿੱਦਿਆਦਾਤਾ ਦੀਆਂ ਅਸੀਸਾਂ ਨਾਲ ਇੱਥੇ ਆਏ ਹਾਂ ਆਓ ਮੇਰੇ ਨਾਲ ਇੱਕ ਮਿੰਟ ਸਾਰੇ ਵਾਹਿਗੁਰੂ ਦੋ ਵਾਰ ਜਪ ਲਓ ਤਾਂ ਕਿ ਸਾਡਾ ਮਨ ਤਿੰਨ ਦੋਸ਼ਾਂ ਤੋਂ ਪਰੇ ਹੋ ਜਾਏ ਵਾਹਿਗੁਰੂ ਜਪੋ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਇਹਨਾਂ ਸ਼ਬਦਾਂ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ